ਸਾਰੇ ਸੁਣਨ ਵਾਲੇ ਦੋਸਤਾਂ ਬਜ਼ੁਰਗਾਂ ਤੇ ਮਿਹਰਬਾਨਾਂ ਨੂੰ GS ਸਟੂਡੀਓ ਦੀ ਤਰਫੋਂ ਨਜ਼ੀਰ ਸੁਲਤਾਨੀ ਦਾ ਸਲਾਮ। GS ਸਟੂਡੀਓ ਪੇਸ਼ ਕਰਦਾ ਹੈ ਆਸ਼ਿਕ ਲੋਹਾਰ ਤੇ ਰਿਕਾਰਡਿੰਗ ਕਰ ਰਹੇ ਨੇ ਲਾਲਾ ਜੀ। ਮਸਕੀਨ ਮੁਹੰਮਦ ਆਸ਼ਿਕ ਲੋਹਾਰ ਪੇਸ਼ ਕਰਦੇ ਨੇ ਦਾਸਤਾਨ ਸੋਹਣਾ ਜ਼ਾਨੀ। ਇਹ ਵਾਕਿਆ ਗੁਜਰਾਤ ਇਲਾਕੇ ਦਾ, ਗੁਜਰਾਤ ਇਲਾਕੇ ਦੇ ਵਿੱਚ ਚੱਕ ਅਬਦੁੱਲਾ ਹੋਇਆ ਹੈ। ਅਬਦੁੱਲਾ ਉਸ ਪਿੰਡ ਦਾ ਮਾਲਕ ਸੀ। ਉਹਦੇ ਪੁੱਤਰ ਹੋਏ ਤਿੰਨ, ਮੁਹੰਮਦ ਤੇ ਅਹਿਮਦ, ਤੀਜਾ ਸੋਹਣਾ। ਤਿੰਨ ਪੁੱਤਰ ਹੋਏ ਔਰ ਬੜੇ ਖੂਬਸੂਰਤ ਹੋਏ। ਜੋਗੀਆਂ ਨੇ ਡੇਰਾ ਆ ਕੇ ਉਹਨਾਂ ਦੇ ਖੂਹ ਦੇ ਕੋਲ ਲਾ ਦਿੱਤਾ। ਜ਼ੈਨੀ ਚੰਦਾ ਦੋਵੇਂ ਪਾਣੀ ਭਰਨੇ ਉਸ ਖੂਹ ਤੇ ਆਈਆਂ। ਉੱਥੇ ਯਾਰਾਂ ਤੇ ਬੇਲੀਆਂ ਤੇ ਦੋਸਤਾਂ ਨੂੰ ਲੈ ਕੇ ਸੋਹਣਾ ਆਪਣੀ ਮੌਜ ਮੇਲੇ ਚ ਬੈਠਾ ਹੋਇਆ ਸੀ ਤੇ ਆਪਣੀ ਜ਼ਬਾਨੋਂ ਗਜ਼ਲਾਂ ਤੇ ਗੀਤ ਤੇ ਆਵਾਜ਼ਾਂ ਲਾ ਰਿਹਾ ਸੀ। ਚੰਦਾ ਔਰ ਜ਼ੈਨੀ ਨੂੰ ਬੜੀ ਖੂਬਸੂਰਤ ਲੱਗੀ ਉਹ ਆਵਾਜ਼। ਉਧਰੋਂ ਸੋਹਣੇ ਦੀ ਨਿਗਾਹ ਪਈ ਜ਼ੈਨੀ ਤੇ ਉਹ ਆਸ਼ਕ ਹੋ ਗਿਆ। ਚੰਦਾ ਨੇ ਕਿਹਾ, ਨੀ ਉਹ ਵੇਖ, ਉਹ ਮੁੰਡਾ ਜੱਟਾਂ ਦਾ ਤੇਰੇ ਉੱਤੇ ਆਸ਼ਕ ਹੋ ਗਈ। ਕਹਿਣ ਲੱਗੀ, ਹਾਏ ਬੀਬਾ, ਆਪਾਂ ਇੱਥੋਂ ਟੁਰ ਚੱਲੀਏ। ਦੋਵੇਂ ਪਾਣੀ ਭਰ ਕੇ ਆਪਣੇ ਤੰਬੂਆਂ ਦੇ ਵਿੱਚ ਆ ਗਈਆਂ। ਸੋਹਣਾ ਵੀ ਮਗਰੇ ਆ ਗਿਆ, ਉਹ ਅੰਦਰ ਬੈਠ ਗਈਆਂ। ਸੋਹਣਾ ਬਾਹਰ ਖਲੋ ਗਿਆ। ਅੰਦਰ ਜਾ ਕੇ ਜੋਗੀਆਂ ਨਾਲ ਉਹਨਾਂ ਗੱਲ ਕੀਤੀ ਕਿ ਇਹ ਭਾਈ ਸਾਡੇ ਪਿੱਛੇ ਆਇਆ ਹੈ। ਜੋਗੀ ਸਾਰੇ ਇਕੱਠੇ ਹੋ ਕੇ ਆਪਣੇ ਤੰਬੂਆਂ ਦੇ ਵਿੱਚੋਂ ਬਾਹਰ ਨਿਕਲੇ। ਪੁੱਛਣ ਲੱਗੇ, ਤੂੰ ਕੌਣ ਹੈ? ਕਹਿਣ ਲੱਗਾ, ਮੇਰਾ ਨਾਂ ਸੋਹਣਾ ਹੈ, ਮੈਂ ਕੌਮ ਦਾ ਭੱਟੀ ਹਾਂ, ਇਸ ਪਿੰਡ ਦਾ ਬਾਦ ਮਾਲਕ ਹਾਂ। ਆਖਿਆ, ਇੱਥੇ ਕੀ ਲੈਣਾ ਹੈ? ਕਹਿਣ ਲੱਗਾ, ਮੈਂ ਆਸ਼ਕ ਹੋ ਗਿਆ ਜ਼ੈਨੀ ਉੱਤੇ। ਕਹਿਣ ਲੱਗੇ, ਅਸੀਂ ਜੋਗੀ ਲੋਕ ਸਭ ਠੂਵੇ ਕੱਢ ਕੇ ਖਾਣ ਵਾਲੇ ਬੇਮਜ਼ਹਬ ਹਾਂ, ਤੇਰਾ ਸਾਡਾ ਜੋੜ ਨਹੀਂ ਬਣ ਸਕਦਾ। ਸੋਹਣਾ ਕਹਿੰਦਾ, ਇਸ਼ਕ ਅੱਗੇ ਕੋਈ ਜੋੜ ਨਹੀਂ, ਇਸ਼ਕ ਕੋਈ ਗੱਲ ਨਹੀਂ ਵੇਂਦਾ, ਇਸ਼ਕ ਇੱਕੋ ਹੀ ਗੱਲ ਵੇਂਦਾ ਹੈ, ਯਾਰ ਯਾਰ ਯਾਰ। ਉਹਨਾਂ ਆਖਿਆ, ਜੋਗੀਆਂ ਨੇ ਬੜੀ ਯਾਰ ਮੁਸੀਬਤ ਪੈ ਗਈ ਹੈ, ਇਹਨੂੰ ਕਿਸ ਤਰੀਕੇ ਨਾਲ ਟਾਲੀਏ? ਇਹਨੂੰ ਮਾਰਿਆ ਤੇ ਵਾਰਸ ਸਾਨੂੰ ਵੀ ਮਾਰਨਗੇ। ਸਾਰੇ ਜੋਗੀਆਂ ਨੇ ਸਲਾਹ ਕਰਕੇ ਇਹ ਕੰਮ ਕੀਤਾ ਕਿ ਇਹਨੂੰ ਇਸ ਦਰਖਤ ਦੇ ਨਾਲ ਬੰਨ ਦਈਏ, ਆਪ ਡੇਰੇ ਪੁੱਟ ਚੱਲੀਏ। ਉਹਨਾਂ ਜੋਗੀਆਂ ਨੇ ਫੜ ਕੇ ਸੋਹਣੇ ਨੂੰ ਦਰਖਤ ਦੇ ਨਾਲ ਬੰਨ ਦਿੱਤਾ। ਆਪ ਡੇਰੇ ਪੱਟ ਕੇ ਪੰਜ ਕੋਕੋ ਅੱਗੇ ਚਲੇ ਗਏ। ਸੋਹਣਾ ਇਕੱਲਾ ਬੱਜਾ ਹੋਇਆ ਇੱਕ ਲਜਾਲੀ ਭੇਡਾਂ ਦਾ ਉਹ ਜੰਗਲ ਦੇ ਵਿੱਚ ਆਇਆ। ਉਹਨੇ ਵੇਖਿਆ ਕਿ ਇੱਕ ਆਦਮੀ ਕਿੱਕਰ ਦੇ ਨਾਲ ਬੱਧਾ ਹੋਇਆ ਹੈ। ਉਹ ਅਲਜਾਲੀ ਸੋਹਣੇ ਦੇ ਕੋਲ ਆਇਆ। ਕਹਿਣ ਲੱਗਾ, ਤੂੰ ਤਾਂ ਸੋਹਣਾ ਹੈ। ਉਸ ਅਲਜਾਲੀ ਨੇ ਸੋਹਣੇ ਨੂੰ ਖੋਲ ਦਿੱਤਾ। ਸੋਹਣਾ ਘਰ ਆਉਣ ਦੇ ਬਜਾਏ ਉਹਨਾਂ ਜੋਗੀਆਂ ਦੇ ਮਗਰ ਟੁਰ ਪਿਆ। ਫੇਰ ਜਾ ਕੇ ਡੇਰੇ ਦੇ ਵਿੱਚ ਮਿਲਿਆ। ਕਹਿਣ ਲੱਗੇ, ਸੋਹਣਿਆ ਤੂੰ ਫਿਰ ਆ ਗਿਆ। ਆਖਣ ਲੱਗਾ, ਮੈਂ ਤੁਹਾਡਾ, ਤੁਸੀਂ ਮੇਰੇ, ਮੈਂ ਛੱਡ ਕੇ ਨਹੀਂ ਜਾਣਾ। ਉਸ ਲਈ ਅੰਬਰੀ ਨਾਥ, ਭੀਮ ਨਾਥ, ਪ੍ਰੇਮ ਨਾਥ, ਜ਼ੈਨੀ ਦਾ ਨਿਕਾਹ ਹੋਇਆ ਸੀ ਭੀਮ ਨਾਥ ਦੇ ਬੇਟੇ ਦੇ ਨਾਲ, ਜਿੰਦਾ ਨਾਂ ਸੀ ਸੰਬਰ ਨਾਥ। ਸਾਰੇ ਜੋਗੀਆਂ ਨੇ ਸਲਾਹ ਕੀਤੀ, ਅੰਬਰੀ ਨਾਥ ਨਾਲ ਸਲਾਹ ਕਰਦੇ ਨੇ। ਅੰਬਰੀ ਨਾਥ ਇੱਕ ਸਲਾਹ ਦਿੰਦਾ ਹੈ। ਮਸਕੀਨ ਮੁਹੰਮਦ ਆਸ਼ਿਕ ਲੋਹਾਰ ਪੇਸ਼ ਕਰਦੇ ਨੇ ਕਿ ਲਾਲਾ ਜੀ ਰਿਕਾਰਡ ਕਰਦੇ ਨੇ, ਉਹ ਕਿਹੜੀ ਸਲਾਹ ਦਿੰਦਾ ਹੈ ਬਈ? ਉਹ ਭੀਮ ਨਾਥ ਦੇ ਡੇਰੇ ਵੱਲੇ ਕਰੋ ਕੋਈ ਰਵਾਨਾ, ਛੇਤੀ ਆ ਕੇ ਫੇਰੇ ਲਈਏ ਧੀਆਂ ਮਾਲ ਬਗਾਨਾ, ਛੇਤੀ ਆ ਕੇ ਫੇਰੇ ਲਈਏ ਧੀਆਂ ਮਾਲ ਬਗਾਨਾ। ਉਹ ਭੀਮ ਨਾਥ ਮਲਕਾ ਸੇ ਟੁਰਿਆ ਵਾਹ ਵਾਹੀ ਜਾਵੇ, ਭੀਮ ਨਾਥ ਦੇ ਡੇਰੇ ਪਹੁੰਚਿਆ ਸਾਰੀ ਗੱਲ ਸੁਣਾਵੇ। ਭੀਮ ਨਾਥ ਨੇ ਤੁਹਾਡੇ ਵੱਲੇ ਖਲਿਆ ਮੈਨੂੰ ਭਾਈ, ਜ਼ੈਨੀ ਦੇ ਤੁਸੀਂ ਫੇਰੇ ਲਈਓ ਇਹੋ ਗੱਲ ਸੁਣਾਈ। ਉਹ ਭੀਮ ਨਾਥ ਜੋਗੀ ਸੁਣ ਕੇ ਬਹੁਤ ਖੁਸ਼ੀ ਵਿੱਚ ਆਇਆ, ਭੀਮ ਨਾਥ ਜੋਗੀ ਸੁਣ ਕੇ ਬਹੁਤ ਖੁਸ਼ੀ ਵਿੱਚ ਆਇਆ, ਮੇਰੇ ਉੱਤੇ ਪ੍ਰੇਮ ਨਾਥ ਨੇ ਬੜਾ ਅਹਿਸਾਨ ਕਮਾਇਆ। ਭੀਮ ਨਾਥ ਦੇ ਡੇਰੇ ਦੇ ਵਿੱਚ ਖੁਸ਼ੀਆਂ ਹੋਣ ਤਮਾਮੀ, ਉਹ ਡੇਰੇ ਦੇ ਵਿੱਚ ਗਾਣਾ ਗਾਵਣ ਰਲ ਮਿਲ ਸਭ ਜਨਾਨੀ, ਡੇਰੇ ਦੇ ਵਿੱਚ ਗਾਣਾ ਗਾਵਣ ਰਲ ਮਿਲ ਸਭ ਜਨਾਨੀ। ਉਹ ਭੀਮ ਨਾਥ ਕਹਿ ਕਾਸਾ ਤਾਈ ਉਹ ਤੂੰ ਪਿੱਛੇ ਵੱਲ ਜਾਈ, ਉਹ ਮੇਰੇ ਵੱਲੋਂ ਪ੍ਰੇਮ ਨਾਥ ਨੂੰ ਵੱਸ ਬੜੀ ਅਰਦ ਸੁਣਾਈ। ਉਹ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਡੇਰਾ ਈਦ ਲਿਆਈਏ, ਸੈਨੀ ਜੋਗਣ ਵਾਲਾ ਆ ਕੇ ਅਸੀਂ ਨਿਕਾਹ ਪੜਾਈਏ। ਉਹ ਕਸ ਦੇ ਉੱਥੋਂ ਉਹ ਰਵਾਨਾ ਆਪਣੇ ਡੇਰੇ ਆਇਆ, ਕਸ ਦੇ ਉੱਥੋਂ ਉਹ ਰਵਾਨਾ ਆਪਣੇ ਡੇਰੇ ਆਇਆ, ਸਾਰੇ ਜੋਗੀ ਤਾਈ ਆ ਕੇ ਆਣ ਹਵਾਲ ਸੁਣਾਇਆ।
रेमनाथ नू कस दे आखे राजी खुशी सारे। जदों डेरे तू रेमनाथ तू मुड़ के कासद आया ना, आके प्रेमनाथ नू गल सुनाई, कहन लगा सारे जोगी राजी खुशी ने और बड़ा प्यार कीता इने। ते प्रेमनाथ पुछदा हां भी उन्हें तेरे के केड़ियां गल्लां कीतियां ने। मस्कीन मोहम्मद आशिक लोहार बोल पेश करदे ने सोहना जैनी, किवें प्रेमनाथ पुछदा ते किवें ओह कासद नू दसदा है। ओ प्रेमनाथ नू कासद आखे राजी खुशी सारे, हाथ जोड़ के अर्जा कर दे किन्ने जोगी सारे, हाथ जोड़ के अर्जा कर दे जिन्ने जोगी सारे, हफ्ते ने मेरे को डेरा आन जमावने, हफ्ते दे मेरे को डेरा आन जमावन, हो जिस तरह तुसी आखो मैनू हुक्म बजा लिया। भीमनाथ ने सत्तां दिनां दी हैगी जेवत पाई, ओ भीमनाथ ने सत्तां दिनां दी हैगी जेवत पाई, आशक सोने वाली सपना रल मिल गल बनाई। लुहारा जोगी सारे आखन लगे लै जो सोना फाड़ के, जोगी सारे आखन लगे लै जो सोना फाड़ के, ओ खुड किसे में सुट्टो जाके नाल दलीरा करके, ओ ये मदीना सोने उते वक्त मुसीबत आया, ऐ मदीना सोने उते वक्त मुसीबत आया, अमरी नाथ पुराना जोगी सबनू वाक सुनाया, ओ ये मदीना सोने उते वक्त मुसीबत आवे, अमरी नाथ पुराना जोगी सबनू वाक सुनावे। अमरी नाथ सारे जोगियां नू कठिया करके आखदा काम छेती नाल कर लो, सोने नू बिले ला दियो। जेकर भीमनाथ ने गल सुन ली ना के दैनी दास के ते बड़ी मुसीबत बनेगी। हुण अमरी नाथ जोगियां नू हुक्म देंदा है ते जोगी सोने नू फड़ के गार वल लै जांदे ने। मस्कीन मोहम्मद आशिक लोहार बोल पेश करदा है, अमरी नाथ का सपना नू कर लो कम शताबी, ओए अमरी नाथ का सपना नू कर लो कम शताबी, भीमनाथ जे गल्ला सुनिया पैसी बड़ी खराबी, ओ भीमनाथ जे गल्ला सुनिया पैसी बड़ी खराबी, लुहारा अद्धी रात यो जिस वेले सोना जोगी फड़िया, अद्धी रात यो जिस वेले सोना जोगी फड़िया, लै चलने वाले जंगल दे नाल जजीरा करिया, लोको लै चलने वाले जंगल दे नाल जजीरा करिया, पूरे मुकियां मार सोने नू झूठ सटन बजगारे, पूरे मुकियां मार सोने नू झूठ सटन बजगारे, रोवे ते किरलावे सोना दर्दो हाई मारे, लोको रोवे ते किरलावे सोना दर्दो हाई मारे, ओ गल अंदर प्या रोवे सोना नाले सख्ती नेरा, ओ गल अंदर प्या रोवे सोना नाले सख्ती नेरा, ए रो रो हाने करदा सोना कूज मंगू किरलावे, रो रो हाने करदा सोना कूज मंगू किरलावे, तेरे बाजो मौला मैनू केड़ा यान छड़ावे, आंदा तेरे बाजो मौला मैनू केड़ा यान छड़ावे, ओ तेरे बिना हो न मेरा किसनू वाल सुनावा, ओ तेरे बिना हो न मेरा किसनू वाल सुनावा, घर अंदर मैं कल्ला रोवा बाजो भैन भरावा, लोको घर अंदर मैं कल्ला रोवा बाजो भैन भरावा, ओ एक जाली ओ जंगल विच भेड़ा नू बेचारे, ओ लैंदा वाला चार चफेरे हुंगर केड़ा मारे, एक जाली भेड़ा चारदा चारदा ओ जंगल विच आया, वेख्या सोने नू बन के किसे गार दे विच सुट्टिया है, हुंगा मार रहा है, अलजाली आवाज़ा लैंदा है चार चफेरे हो के कौन बंदा जिंदी हूंग आ रही है। हूंग सुनदिया सुनदिया
ਉਹ ਅਲਜਾਰੀ ਉਸ ਗਾਰ ਤੇ ਪਹੁੰਚਦਾ ਹੈ। ਕੀ ਵੇਖਦਾ ਇੱਕ ਬੰਦਾ ਵਿੱਚ ਲੰਮਾ ਪਿਆ ਹੁੰਗਰ ਮਾਰ ਰਿਹਾ ਹੈ, ਹੱਥ ਪੈਰ ਵੱਜੇ ਹੋਏ ਨੇ। ਪੁੱਛਿਆ ਤੂੰ ਕੌਣ ਹੈ? ਕਹਿਣ ਲੱਗਾ ਮੈਂ ਅੱਲਾ ਦਾ ਬੰਦਾ ਵਾਂ, ਮੈਨੂੰ ਇੱਥੇ ਚੋਰ ਬਣ ਕੇ ਸੁੱਟ ਗਏ ਨੇ, ਰੱਬ ਵਾਸਤੇ ਮੈਨੂੰ ਖੋਲ ਦੇ, ਮੈਨੂੰ ਖੋਲਣ ਵਾਲਾ ਇੱਥੇ ਕੋਈ ਨਹੀਂ। ਉਹ ਅਲਜਾਰੀ ਸੋਹਣੇ ਨੂੰ ਖੋਲਦਾ ਹੈ, ਹਾਂ ਵੀ ਅਲਜਾਰੀ ਕਿਵੇਂ ਫਿਰ ਖੋਲਦਾ ਹੈ? ਉਹ ਇੱਕ ਅਲਜਾਰੀ ਉਹ ਜੰਗਲ ਵਿੱਚ ਭੇਡਾਂ ਨੂੰ ਪਿਆਚਾਰੇ, ਉਹ ਇੱਕ ਅਲਜਾਰੀ ਉਹ ਜੰਗਲ ਵਿੱਚ ਭੇਡਾਂ ਨੂੰ ਪਿਆਚਾਰੇ, ਲੈਂਦਾ ਵਾਲਾ ਚਾਰਜ ਫੇਰੇ ਦੁਆਰਾ, ਲੈਂਦਾ ਵਾਲਾ ਚਾਰਜ ਫੇਰੇ ਉਂਗਰ ਕਿਹੜਾ ਮਾਰੇ, ਉਹ ਨਾਲੇ ਸੋਹਣਾ ਉਂਗਰ ਮਾਰੇ, ਰੋ ਰੋ ਕੇ ਫੁਰਮਾਵੇ, ਉਹ ਨਾਮ ਖੁਦਾ ਕੋਈ ਬੰਦਾ ਮੈਨੂੰ ਗਾਲ ਵਿੱਚੋਂ ਕੱਢ ਜਾਵੇ, ਉਹ ਨਾਮ ਖੁਦਾ ਕੋਈ ਬੰਦਾ ਮੈਨੂੰ ਗਾਲ ਵਿੱਚੋਂ ਕੱਢ ਜਾਵੇ, ਨਾਮ ਖੁਦਾ ਦੇ ਬੰਦਾ ਕੋਈ ਗਾਲ ਵਿੱਚੋਂ ਕੱਢ ਜਾਵੇ, ਨਾਮ ਖੁਦਾ ਕੋਈ ਬੰਦਾ ਮੈਨੂੰ ਗਾਲ ਵਿੱਚੋਂ ਕੱਢ ਜਾਵੇ। ਤੁਸੀਂ ਦਾਸਤਾਨ ਸੋਹਣਾ ਜ਼ੈਨੀ ਸੁਣਿਆ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਆਪਣੇ ਕਮੈਂਟਸ ਨਾਲ ਸਾਨੂੰ ਜ਼ਰੂਰ ਦੱਸਣਾ, ਤਾਂ ਜੇ ਸਾਨੂੰ ਪਤਾ ਚੱਲਦਾ ਰਹੇ ਕਿ ਸਾਡੀ ਕੋਸ਼ਿਸ਼ ਤੁਹਾਨੂੰ ਕਿੰਨੀ ਕੁ ਪਸੰਦ ਆਉਂਦੀ ਹੈ। ਅਤੇ ਇਹਦੇ ਨਾਲ ਹੀ ਆਸ਼ਕ ਲੋਹਾਰ, ਲਾਲਾ ਜੀ ਅਤੇ ਨਜ਼ੀਰ ਸੁਲਤਾਨੀ ਨੂੰ GS ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।